ਸਟਾਰਟ। ਡਾਕਟਰ ਸ਼ਿਵਜੀਤ ਸਿੰਘ ਪਟਿਆਲਾ ਸ਼ਹਿਰ ਦੀ ਮਹਾਨ ਹਸਤੀ ਮਸੂਰੀ ਦੀ ਸਿਵਲ ਸਰਵਿਸਿਜ਼ ਅਕੈਡਮੀ ਵਿੱਚੋਂ ਇਕਨੋਮਿਕਸ ਦੇ ਹੈੱਡ ਆਫ ਦੇ ਡਿਪਾਰਟਮੈਂਟ ਰਿਟਾਇਰ ਹੋਏ ਡੰਡਿੰਗ ਇੱਕ ਵਾਰ ਤੀ ਹਰਪ੍ਰੀਤ ਕੌਰ ਨੂੰ ਸਾਈਕਲੋਜੀ ਦੀ ਪੜ੍ਹਾਈ ਦੀ ਸਭ ਤੋਂ ਵੱਡੀ ਸੰਸਥਾ ਵਿੱਚ ਦਾਖਲਾ ਦਿਵਾਉਣ ਰੇਲ ਗੱਡੀ ਰਾਹੀਂ ਬੰਗਲੌਰ ਜਾ ਰਹੇ ਸਨ। ਡੰਡਿੰਗ ਕੋਲ ਬੈਠੀ ਨਾਲ ਦੀ ਸਹਿ ਸੁਭਾ ਆਖਣ ਲੱਗੀ, ਤੁਹਾਡੇ ਮਸੂਰੀ ਵਾਲੀ ਅਕੈਡਮੀ ਵਿੱਚੋਂ ਕਿੰਨੇ ਸਾਰੇ ਅਫਸਰ ਬਣ, ਹਰ ਥਾਂ ਵੱਡੇ ਵੱਡੇ ਅਫਸਰ ਲੱਗੇ ਹੋਏ ਨੇ, ਕੋਈ ਬੰਗਲੌਰੋਂ ਸਿਫਾਰਸ਼ ਹੀ ਲੱਭ ਲਵੋ। ਡੰਡਿੰਗ ਹੱਸਦੇ ਹੋਏ ਆਖਣ ਲੱਗੇ, ਜਿਉਣ ਜੋਗੀਏ ਹੌਸਲਾ ਰੱਖ, ਬਾਬਾ ਨਾਨਕ ਭਲੀ ਕਰੇਗਾ। ਮਜ਼ਾਕੀਏ ਲਹਿਜੇ ਵਿੱਚ ਉਲਾਮਾ ਦਿੱਤਾ ਕਿ ਹਰ ਥਾਂ ਬਾਬਾ ਨਾਨਕ ਤੁਹਾਨੂੰ, ਸਾਰੀ ਦੁਨੀਆ ਵਿੱਚ ਬਾਬੇ ਨਾਨਕ ਤੋਂ ਇਲਾਵਾ ਕੋਈ ਜਾਣਦਾ ਹੀ ਨਹੀਂ। ਡੰਡਿੰਗ ਆਖਣ ਲੱਗੇ, ਭਲੀਏ ਲੋਕੇ ਜੇ ਮੇਰਾ ਨਾਨਕ ਮੇਰੇ ਵੱਲ ਇਹ ਤਾਂ ਫਿਰ ਮੈਨੂੰ ਕਿਸੇ ਹੋਰ ਸਿਫਾਰਸ਼ ਦੀ ਕੋਈ ਲੋੜ ਨਹੀਂ। ਡੰਡਿੰਗ ਬੰਗਲੌਰ ਪਹੁੰਚੇ, ਅੱਗੇ ਮੁਕਾਬਲਾ ਬੜਾ ਸਖਤ, ਕਿੰਨੇ ਸਾਰੇ ਉਮੀਦਵਾਰ, ਅਖੀਰ ਕਰਾਮਾਤ ਹੋ ਹੀ ਗਈ, ਬੇਟੀ ਦਾ ਨੰਬਰ ਲੱਗ ਗਿਆ। ਡੰਡੀ ਪਰਾ ਅਗਲੇ ਸਾਲ ਜਦੋਂ ਪੇਰੈਂਟਸ ਟੀਚਰਸ ਮੀਟਿੰਗ ਵਿੱਚ ਸੰਸਥਾ ਦੇ ਡਾਇਰੈਕਟਰ ਨੂੰ ਮਿਲੇ ਤਾਂ ਪੁੱਛਿਆ ਕਿ ਉਦੋਂ ਇੰਨੇ ਸਖਤ ਮੁਕਾਬਲੇ ਵਿੱਚ ਸਾਡੀ ਬੇਟੀ ਦਾ ਨੰਬਰ ਕਿੱਦਾਂ ਲੱਗ ਗਿਆ। ਆਖਣ ਲੱਗਾ ਕਿ ਤਿੰਨ ਪੜਾਵੀ ਇੰਟਰਵਿਊ ਦੇ ਆਖਰੀ ਦੌਰ ਵਿੱਚ ਪਹੁੰਚੇ, ਚਾਰ ਉਮੀਦਵਾਰਾਂ ਦੇ ਨੰਬਰ ਬਰਾਬਰ ਸਨ, ਯੋਗਤਾ ਬਰਾਬਰ, ਹੋਰ ਸਾਰੀਆਂ ਸ਼ਰਤਾਂ ਵੀ ਬਰਾਬਰ, ਸਾਰਾ ਸਿਲੈਕਸ਼ਨ ਬੋਰਡ 6-5 ਵਿੱਚ ਪੈ ਗਿਆ ਕਿ ਹੁਣ ਕਿਸ ਨੂੰ ਰੱਖੀਏ। ਡੰਡਿੰਗ ਫਿਰ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਕੀਤਾ ਕਿ ਜਿਸ ਉਮੀਦਵਾਰ ਦੀ ਕੋਈ ਸਿਫਾਰਸ਼ ਨਹੀਂ ਉਸਨੂੰ ਰੱਖ ਲੈਂਦੇ ਹਾਂ, ਕਿਉਂਕਿ ਸਿਫਾਰਸ਼ੀ ਤੇ ਕਿਤੇ ਹੋਰ ਵੀ ਫਿੱਟ ਹੋ ਜਾਊ। ਡੰਡਿੰਗ ਬਾਕੀ ਤਿੰਨ ਵਾਸਤੇ ਤੇ ਕਿੰਨੇ ਸਾਰੇ ਰਾਜਾਂ ਦੇ ਚੀਫ ਸੈਕਟਰੀ, ਰਾਜਪਾਲ ਅਤੇ ਪੋਲੀਟੀਸ਼ੀਅਨ ਸਿਫਾਰਸ਼ ਤੇ ਸਨ, ਪਰ ਤੁਹਾਡੀ ਧੀ ਵਾਸਤੇ ਕੋਈ ਸਿਫਾਰਸ਼ ਨਹੀਂ ਸੀ, ਸੋ ਅਸੀਂ ਤੁਹਾਡੀ ਧੀ ਨੂੰ ਚੁਣ ਲਿਆ। ਡੰਡਿੰਗ ਡਾਕਟਰ ਸਾਹਿਬ ਨੇ ਮਨ ਹੀ ਮਨ ਸ਼ੁਕਰਾਨਾ ਕੀਤਾ ਤੇ ਫਿਰ ਆਖਣ ਲੱਗੇ, ਦੋਸਤਾ ਤੂੰ ਕੀ ਜਾਣੇ ਮੇਰੇ ਕੋਲ ਕਿੰਨੀ ਵੱਡੀ ਸਿਫਾਰਸ਼ ਸੀ, ਉਹ ਸਿਫਾਰਸ਼ ਜਿਹੜੀ ਜਿੱਥੇ ਵੀ ਲੱਗ ਜਾਵੇ ਅਗਲੇ ਨੂੰ ਮੰਨਣੀ ਹੀ ਪੈਂਦੀ, ਬਾਬੇ ਨਾਨਕ ਦੀ ਸਿਫਾਰਸ਼। ਡੰਡੀ